ਅੱਗੇ ਆ ਜਾਂਦਾ ਜੀ ਆਪਣਾ ਖਬਰ ਭਾਰਤ ਨੂੰ ਲਾਲ ਸੂਚੀ ਚ ਪਾਉਣ ਬਾਰੇ ਅਮਰੀਕਨ ਕਮਿਸ਼ਨ ਖਿੱਚੋ ਦਾ ਅਮਰੀਕਾ ਚ ਗੱਲ ਚੱਲ ਪਈ ਏ ਕਿ ਜਿੰਨਾ ਭਾਰਤ ਅੱਜ ਕਹਿੰਦੇ ਜ਼ੁਲਮ ਕਰ ਰਿਹਾ ਤੇ ਇਹਨੂੰ ਰੈੱਡ ਸੂਚੀ ਚ ਪਾ ਦਿਓ ਯਾਨੀ ਸਭ ਤੋਂ ਨਿਕੰਮਾ ਵਰਗ ਭਾਰਤ ਅਮਰੀਕਾ ਚ ਗਲਾ ਚੱਲ ਪਈ ਏ ਔਰ ਉਹਨਾਂ ਨੇ ਕਹਿ ਦੇਣਾ ਕਈ ਉਹਨਾਂ ਕਹਾਂਗਾ ਸਨਕਮਾ ਭਾਰਤ ਨਹੀਂ ਹੈਗਾ ਨਿਕੰਮਾ ਮੋਦੀ ਭਾਰਤ ਵਾਸੀ ਨਹੀਂ ਤੇ ਹਿੰਦੂ ਮੁਸਲਮਾਨ ਜਾਨੀ ਬੋਧੀ ਭਾਰਤ ਈਸਾਈ ਚੰਗੇ ਨੇ ਸੋ ਤੁਸੀਂ ਸਾਡੇ ਨਾਲ ਡੀਲਿੰਗ ਰੱਖੋ ਬਾਕੀ ਜੇ ਤੁਸੀਂ ਪੁੱਛਦੇ ਅਮਰੀਕਾ ਬਾਰੇ ਸਾਨੂੰ ਥੱਲੇ ਲਾਉਣ ਦੀ ਤੇ ਲੱਗਣਾ ਸੀ ਕੋਈ ਨਹੀਂ ਅਸੀਂ ਆਪਣੇ ਸਰਾਬ ਹਾਂ ਨਾ ਅਸੀਂ ਰਸ਼ੀਆ ਨਾਲ ਨਾ ਤੁਹਾਡੇ ਨਾਲ ਅਸੀਂ ਸਭ ਦੇ ਨਾਲ ਅਸੀਂ ਆਪਣੇ ਗੁਰੂ ਦੇ ਨਾਲ ਹਾਂ ਅਸੀਂ ਕਿਸੇ ਕਹਿਣ ਨਹੀਂ ਮੰਨਦੇ ਹੁੰਦੇ ਅਤੇ ਅੱਗੇ ਆਇਆ ਜੀ ਰਣਵੀਰ ਅਤੇ ਆਲੀ ਦੂਜੇ ਹੋਏ ਵਧਾਈਆਂ 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 ਸੋ ਵਿਆਹ ਮੈਨੂੰ ਬੜਾ ਚੰਗਾ ਲੱਗਿਆ ਤੋ ਉਸ ਦਾ ਰਿਸੈਪਸ਼ਨ 'ਤੇ ਜਾਵਾਂਗੇ ਕੇਂਦਰੀ ਟੀਮਾਂ ਨੇ ਕਣਕ ਦੇ ਨਮੂਨੇ ਲੈਣ ਦਾ ਕੰਮ ਨਿਬੇੜਿਆ ਅਤੇ ਭਗਵੰਤ ਮਾਨ ਜੀ ਨੇ ਬਹੁਤ ਸੋਹਣਾ ਕਿਹਾ ਕਿ ਫਸਲਾਂ ਨੁਕਸਾਨ ਕੁਦਰਤੀ ਹੋਇਆ ਕਿ ਉਹ ਕੋਈ ਨਾ ਕੋਈ ਛੂਟ ਲੈ ਦੇਣਗੇ ਨਾ ਕੇਂਦਰੀ ਟੀਮਾਂ ਨੇ ਦਿੱਤੀ ਤਾਂ ਫੜ ਕੇ ਲੰਮੇ ਪਾ ਜਾਣਗੇ ਸਾਨੂੰ ਆਪਣੇ ਹੱਕ ਲੈਣੇ ਹੁਣ ਆ ਗਏ ਅੱਗੇ ਆ ਗਈ ਜੀ ਖਬਰ ਰਾਜਨਾਥ ਵੱਲੋਂ ਯੂ ਐੱਸ ਇੰਡੋ ਪੈਸੇਫਿਕ ਕਮਾਂਡ ਦੇ ਹੈੱਡਕੁਆਰਟਰ ਦੁਆਰਾ ਅੰਦਰੋਂ ਅਮੈਰੀਕਾ ਅਤੇ ਰਾਜਨਾਥ ਮੋਦੀ ਰਲੇ ਹੋਏ ਨੇ ਇਹਨਾਂ ਨੇ ਅਮੈਰੀਕਾ ਨੇ ਵੀ ਕੁੱਟ ਖਾਣੀ ਹੈ ਅਤੇ ਰਾਜਨਾਥ ਨੇ ਵੀ ਅਤੇ ਅਮਿਤ ਸ਼ਾਹ ਨੇ ਵੀ ਅਤੇ ਕੰਜਰ ਮੋਦੀ ਨੇ ਕੁੱਟ ਖਾਣੀ ਅੱਗੇ ਆ ਗਿਆ ਜੀ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਦਕਰ ਨੂੰ ਦੇਸ਼ ਪੰਜ ਸੁਧਾਂਦੇ ਹਾਂ ਇਹ ਸੁਧਾਨੀ ਸਿਰਫ ਫੋਰਮੈਲਿਟੀ ਨੇ ਅਤੇ ਜਦਕਿ ਸਾਡੀਆਂ ਆਪਣੀਆਂ ਪਾਰਟੀਆਂ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੀਆਂ ਨੇ ਪਰ ਇੰਦਰਾ ਗਾਂਧੀ ਨੇ ਉਡਾਈਆਂ ਕੇਜਰੀਵਾਲ ਵੀ ਉਡਾਉਂਦਾ ਕੰਜਰ ਮੋਦੀ ਵੀ ਉਡਾਉਂਦਾ ਨਵਜੋਤ ਕੁਮਾਰ ਸਿੱਧੂ ਵੀ ਉਡਾਉਂਦਾ ਪ੍ਰਕਾਸ਼ ਕੁਮਾਰ ਬਾਦਲ ਬਾਦਲ ਵੀ ਉਡਾਉਂਦਾ ਹਿੰਦੁਸਤਾਨ ਦੇ ਪੋਲੀਟੀਸ਼ੀਅਨ ਕੁੱਟਣ ਵਾਲੇ ਨੇ ਕੁੱਟਣ ਵਾਲੇ ਨੇ ਇੱਕ ਚੰਗਾ ਸੀ ਚੰਨੀ ਸਾਹਿਬ ਸੋ ਚੰਨੀ ਸਾਹਿਬ ਨੇ ਲਾਹ ਦਿੱਤਾ ਹੁਣ ਜਿਹਨਾਂ ਨੇ ਲਾਇਆ ਉਹਨਾਂ ਨੂੰ ਲੋਕ ਪ੍ਰਲੋਭ 'ਚ ਸਜ਼ਾ ਮਿਲੇ ਉਹਨਾਂ ਨੂੰ ਕੀੜੇ ਪੈਣ ਜਾਂ ਚੰਨੀ ਸਾਹਿਬ ਨੂੰ ਲਾਇਆ ਤੋ ਮਾਫੀਆ ਨੇ ਪੰਜਾਬ ਤਬਾਹ ਕੀਤਾ ਸਿੱਧੂ ਮਨੋਜ ਕੁਮਾਰ ਸਿੱਧੂ ਜੀ ਬਕਵਾਸ ਨਾ ਕਰਿਆ ਕਰੋ ਤੂੰ ਤਾਂ ਆਪ ਹੀ ਮਾਫੀਆ ਤੇਰੇ ਤੋਂ ਘਟੀਆ ਨੀਚ ਇਨਸਾਨ ਹੋਰ ਕੋਈ ਨਹੀਂ ਹੋ ਸਕਦਾ ਅੱਗੇ ਆ ਜੀ ਧਰਮਸਰਾ 'ਚ ਕੋਈ ਨਫ਼ਰ ਦੀ ਭਾਸ਼ਣ ਨਹੀਂ ਕੀਤਾ ਗਿਆ ਇਹ ਹੁਣ ਦਿੱਲੀ ਪੁਲਿਸ ਨੂੰ ਪਤਾ ਨਾ ਇਹਨਾਂ ਨੂੰ ਫੜ ਕੇ ਡੰਗ ਦੇਣਾ ਇਹਦੇ ਬਕਵਾਸ ਕਰਨ ਲੱਗੇ ਨੇ ਭਾਸ਼ਣ ਹੋਏ ਹੋਏ ਨੇ ਜਿਹਨਾਂ ਨੇ ਹੋਏ ਨੇ ਉਹਨਾਂ ਨੂੰ ਇੰਨਾ ਕੁੱਟ ਪਏਗੀ ਇੰਨੀ ਕੁੱਟ ਪਏਗੀ ਉਹਨਾਂ ਨੂੰ ਕੀੜੇ ਪੈਣਗੇ ਉਹ ਸਾਰੇ ਮੈਂਟਲ ਹੋ ਜਾਣਗੇ ਟੈਕਸ ਕੁਲੈਕਸ਼ਨ ਵਧਣ ਨਾਲ ਭਾਰਤ 5 ਖਰਬ ਡਾਲਰ ਦਾ ਚਾਰਾ ਬਣਦੇ ਰਹਾ ਸਭ ਬਕਵਾਸ ਹੈ ਜੇ ਬੰਦੇ ਬੜੇ ਘਟੀਆਂ ਨੇ ਖਾਲਸਾ ਸਾਹਿਬ ਦੇ ਭਗਵੰਤ ਮਾਨ ਸਰਦਾਰ ਸਾਹਿਬ ਪਹੁੰਚੇ ਰਾਤ ਉੱਥੇ ਹੀ ਰਹੇ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਅਤੇ ਅੱਜ ਇੱਕ ਫਿਰਕਾ ਪ੍ਰੈਸ ਨੇ ਮੈਨੂੰ ਕਿਹਾ ਜੀ ਅਸੀਂ ਯੂਟਿਊਬ 'ਤੇ ਪੜ੍ਹਿਆ ਬਹੁਤ ਉੱਥੇ ਸ਼ਰਾਬ ਪੀ ਕੇ ਚਲਾ ਗਿਆ ਸੁਣੀ ਕੋਈ ਨਿੰਦਿਆ ਕੀਤੀ ਹੈ ਉਹ ਸਭ ਬਕਵਾਸ ਹੈ ਇਹ ਵੀ ਫਿਰਕਾ ਪ੍ਰਸਤਾਂ ਦੀ ਹੀ ਬੋਲੀ ਹੈ ਮੈਂ ਉਹ ਬੰਦੇ ਨੂੰ ਸਮਝਾਵਾਂਗਾ ਭਾਈ ਸ਼ਾਣੀ ਗੱਲ ਕਰਿਆ ਕਰ ਯੂਟਿਊਬ 'ਤੇ ਦੁਬਾਰ ਨਾ ਕਰਿਆ ਕਰ ਉਹ ਬੰਦੇ ਨੇ ਮੈਨੂੰ ਇਹ ਵੀ ਕਿਹਾ ਮੋਦੀ ਪ੍ਰਧਾਨ ਦੀ ਬੜਾ ਵਧੀਆ ਮੈਂ ਕਿਹਾ ਮੋਦੀ ਨਾਲ ਦਾ ਘੜਾ ਘਟੀਆ ਕੋਈ ਨਹੀਂ ਕਿਉਂਕਿ ਫਿਰਕਾ ਪ੍ਰਸਤ ਬੰਦਾ ਇਸ ਕਰਕੇ ਆਪਾਂ ਕਿਸੇ ਗੱਲਾਂ 'ਚ ਨਹੀਂ ਆਉਣਾ ਗੁਰਬਾਣੀ ਸਿੱਖ ਇਤਿਹਾਸ ਰਹਿਤ ਮਿਰਾਦਾ ਸਿਆਸਤ ਸਮਾਂ ਜੁੜੋ ਅਤੇ ਆਪਣਾ ਮਨੁੱਖਤਾ ਦੇ ਝੰਡੇ ਨੂੰ ਬੁਲੰਦ ਕਰੋ ਸਾਰੇ ਮਨੁੱਖ ਬਰਾਬਰ ਨੇ ਬੋਲੋ ਜੀ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਵਾਹਿ